Suhana. Suhana, bro. Good morning. Good morning. Good morning, baby. क्या हाल? आप ओके? समझ रहे हैं बात? जरूरी काम था आपसे. जरूरी काम? क्या जरूरी काम? पता नहीं कैसे बताऊं. क्या हुआ? मुझे नहीं पता गलत है कि सही है. क्या हुआ साहब? सब बोलो भैया. आपकी जो एक तो सुबह सुबह कौन फ्रेंड? क्या किया उन्होंने? मुझे रूपी से प्यार हो गया. I'm in love. What? I'm in love. आपको प्यार हो गया रूपी से? Wow! फिर तो घर में कोई बड़ा तो है नहीं. एक तुम ही मेरी बहन. तुम जाके उससे बात करो. करूंगी ना भैया, अभी करूंगी. रूपी चुप नहीं, चुप ही नहीं. रूपी मैं अभी बात करूंगी. ओके. अभी नहीं लॉक किया. रूपी चुपी. अच्छी खबर लाई हूँ. खराबी भी ले रही है. ज़्यादा नींद नहीं आ रही है. ठीक है. पक्का इन्होंने फिर ताश खेली है पूरी रात. तभी नहीं उठ रही है. रूपी, रूपी. ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਮੁੰਡਾ ਆਪਣੇ. ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਮੁੰਡਾ ਆਪਣੇ. ਵਿਆਹ ਦੇ ਵਿੱਚ ਭਈਆ ਉਹ ਰੂਪੀ. ਬਸ ਮੁਝੇ ਤੁਹਾਡੇ ਐਕਸਾਈਟਮੈਂਟ ਸੇ ਪਤਾ ਲੱਗ ਗਿਆ ਕਿ ਰੂਪੀ ਮਾਨ ਗਈ ਹੈ. ਭਈਆ ਉਹ ਰੂਪੀ ਨਹੀਂ ਹੈ, ਉਹ ਜਲੰਧਰ ਕੇ ਗੁੰਡੇ ਪੱਪੂ ਪਟਾਕਾ. ਇਸਕੋ ਫਟਾਓ. ਆਓ ਮੇਰੇ ਸਾਥ. ਚਲੋ ਦੇਖਦੇ ਹਾਂ. ਚਲਿਆ ਭਈਆ ਬੋਲਾ ਪਤਾ. ਚੁਈ ਪਾ ਚੁਈ. यही छोटा आज मैं रूपी छुपी हूँ. पप्पू पटाका है उनका नाम. जो भी है पप्पू पटाका. इको मनाली हाईवे है. आखिर दौड़ के कितने लग जाने गए. भैया उसका खून ना कर डाले. भैया मैं आ रही हूँ. चेंज भैया रुको. भैया उस्ताद जी. हाँ सुहाना भाभी का भरा मगर मैंने लगता पस्तौल लेके आ रहे हैं अपने. मेरा नाम है कुकू काना. तो मैं छड़ता नहीं लोहा पुराना. उस्ताद जी ओ क्यों? ओ मेरी पहला कबाड़िए दी दुकान हुंदी सी यार. ओ पूरे मनाली विच मित्रां दा नाम चलदा है. वो जिथे भी 50-50 किलोमीटर तक कोई बच्चा रोंदा है ना ओदी मां नूं चुप करा दिंदी है. उस्ताद जी ओ क्यों? ओ मैं उहनां दे बिस्कुट जो खाए ना है. हां ਇੱਦਾਂ ਕਰੀਓ ਜਿਹੜਾ ਵੀ ਸੱਜੇ ਪਾਸੋਂ ਲੰਘਦਾ ਨਾ ਉਹਨੂੰ ਲੁੱਟ ਲਓ. ਉਸਤਾਦ ਜੀ ਖੱਬੇ ਪਾਸੇ ਕਿਉਂ ਨਹੀਂ? ਉਹ ਮਾਮਾ ਖੱਬੇ ਪਾਸੇ ਤਾਂ ਮੈਨੂੰ ਆਪ ਰੱਬ ਨੇ ਲੁੱਟਿਆ. ਚੱਲ ਆ ਟੱਲੇ ਤੇ ਬਈਏ. ਚੱਲ ਕੇ ਚਲੋ. ਪਿੱਛੇ ਤਾਂ ਮੇਰੀ ਮੌਤ ਹੀ ਆ. ਬਿਲਕੁਲ ਸੁਹਾਨਾ ਦੇ ਭਰਾ ਕੋ ਬੰਦੂਕ ਹੈ. ਹਾਂਜੀ ਉਸਤਾਦ ਜੀ. ਉਸਤਾਦ ਜੀ ਪਿੱਛੇ ਤੇ ਮੌਤ ਹੈ. ਅੱਗੇ ਵੀ ਮੌਤ ਹੀ ਜੋ ਵੇਖੋ. ਡਾਕੂ. ਉਹ ਡਾਕੂ ਹੋਰ ਕੀ ਕਰੀਏ ਉਸਤਾਦ ਜੀ? ਕੋਈ ਆਈਡੀਆ? ਆਈਡੀਆ ਕਿਹੜਾ ਆਈਡੀਆ? ਉਹ ਡਾਕੂ ਗੱਲਾਂ 'ਚ ਲੱਗੇ ਹੋਏ ਨੇ. ਹਾਂਜੀ ਉਸਤਾਦ ਜੀ. ਅਤੇ ਸੁਹਾਨਾ ਦੇ ਭਰਾ ਕੋ ਬੰਦੂਕ ਹੈ. ਬਿਲਕੁਲ. ਅਤੇ ਪਿਛਲੀ ਬੰਦੂਕ ਦਾ ਮੁਕਾਬਲਾ ਅਗਲੀ ਬੰਦੂਕ ਨਾਲ ਕਰਦੇ ਹਾਂ. ਬੰਦੂਕ ਦਾ ਮੁਕਾਬਲਾ ਬੰਦੂਕ ਨਾਲ. ਪਿੱਛੋਂ ਦੀ ਜਾ ਕੇ ਉਹਨਾਂ ਦੀ ਬੰਦੂਕ ਚੱਕ ਲੈਂਦੇ ਹਾਂ. ਬਿਲਕੁਲ ਸਹੀ ਆਈਡੀਆ. ਸਹੀ ਹੈ ਨਾ? ਆ ਜਾ ਚੱਲ ਚਲੋ ਫਿਰ. ਆਪਾਂ ਉਹ ਸੱਜੇ ਪਾਸੇ ਜਿਹੜਾ ਵੀ ਹੁੰਦਾ ਉਹਨੂੰ ਲੁੱਟ ਲਈਏ. ਠੀਕ ਆ ਉਸਤਾਦ ਜੀ. ਆ ਲੈਣ ਦਿਓ. ਆ ਲੈਣ ਦਿਓ ਕੀ ਲੈ ਮਾਮਾ? ਡੀਕੀ ਜਾਵਾਂਗੇ ਦੱਸ. ਕਮਾਲ ਹੋ ਗਿਆ ਉਸਤਾਦ ਜੀ. ਬੰਦੂਕ ਲਾ ਕੇ ਤੇਰੇ ਰੰਗ ਨਿਆਰੇ. ਇੰਨੇ ਦਿਨ ਹੋ ਗਏ ਨੇ ਮੈਨੂੰ ਇਸ ਮਨਾਲੀ ਦੇ ਵਿੱਚ ਘੁੰਮਦੇ ਆ, ਪਹਾੜੀਆਂ 'ਚ ਟੱਕਰਾਂ ਮਾਰਦੇ ਆ. ਇਹ ਪੱਪੂ ਪਟਾਕਾ ਪਤਾ ਨਹੀਂ ਕਿਹੜੀ ਪਹਾੜੀ 'ਚ ਛੁਪਿਆ. ਇੱਕ ਵਾਰੀ ਲੱਭ ਜਾਏ ਸਹੀ. Ha ha ha.
ਪੱਤਰ ਕੌਣ ਆ ਤੂੰ? ਉਹ ਤੂੰ ਮੈਨੂੰ ਨੀ ਜਾਣਦੀ, ਮੈਂ ਮਨਾਲੀ ਦਾ ਬਹੁਤ ਵੱਡਾ ਗੁੰਡਾ ਆ। ਉਸਤਾਦ ਜੀ, ਉਸਤਾਦ ਜੀ। ਓ ਮਾਈ, ਕੌਣ ਆ ਤੂੰ? ਮੈਂ ਓ ਮਨਾਲੀ ਦਾ ਬਹੁਤ ਵੱਡਾ ਗੁੰਡਾ ਆ। ਮੈਨੂੰ ਨੀ ਜਾਣਦਾ ਤੂੰ? ਕੌਣ ਆ ਤੂੰ? ਮੈਂ ਪੰਜਾਬ ਦੇ ਸਭ ਤੋਂ ਵੱਡੇ ਗੁੰਡੇ ਦੀ ਮਾਂ ਵਾ। ਉਹਦਾ ਨਾਂ ਹੈ ਪੱਪੂ ਪਟਾਕਾ। ਉਹ ਕਿਹੜਾ ਪੱਪੂ ਪਟਾਕਾ? ਉਹ ਤਾਂ ਨੀ ਜਿਹੜਾ ਉਹ ਭੱਜਾ ਜਾਣ ਦੇ? ਉਹ ਤੇ ਮੇਰਾ ਮੁੰਡਾ ਹੈ। ਓਏ ਉਹ ਤੇਰਾ ਮੁੰਡਾ, ਅੱਜ ਬਸ ਅਸੀਂ ਉਹਨੂੰ ਮਾਰ ਦੇਣਾ ਹੈ। ਕਿਉਂ ਮਾਰ ਦੇਣਾ? ਓਏ ਉਹ ਮੇਰੀ ਬੰਦੂਕ ਹੋ ਕੇ ਭੱਜ ਗਿਆ, ਹਲੇ ਉਹਦੀ ਮਾਂ ਜਿੰਦਾ ਆ। ਅੱਛਾ, ਮੇਰ ਦੀੜੇ। ਚਲੋ ਵੇਖ ਹੀ ਲੈਂਦੇ ਹਾਂ। ਜਰਾ ਤੈਨੂੰ ਮੈਂ ਦੱਸਦੀ। ਇਹ ਮੇਰੇ ਜੰਗਲ ਵਿੱਚ ਫਸ ਚੁੱਕੇ ਨੇ। ਇੱਥੇ ਸੱਜੇ ਕੀ, ਖੱਬੇ ਕੀ, ਉੱਤੇ ਕੀ ਤੇ ਥੱਲੇ ਕੀ? ਇਹ ਤਾਂ ਮੈਨੂੰ ਸੁਹਾਣਾ ਭਾਬੀ ਦੀ ਵਾਰ ਲੱਗਦੀ ਹੈ। ਮੈਨੂੰ ਲੱਗਦਾ ਸੁਹਾਣਾ ਕਿਸੇ ਮੁਸੀਬਤ ਵਿੱਚ ਹੈ। ਮੈਨੂੰ ਵੀ ਲੱਗਦਾ ਉਸਤਾਦ ਜੀ, ਪਰ ਪਿੱਛੇ ਉਹ ਨੇ ਆਪਾਂ ਪਰਲੇ ਰਸਤੇ ਨਾਲ ਹੀ ਘੁੰਮ ਕੇ ਚੱਲਦੇ। ਚਲੋ ਠੀਕ ਆ। ये था पप्पू पटाखा। मुझे लगता है इससे ज्यादा तुम्हें कोई प्यार नहीं कर सकता। जाओ जाके अपना घर बसाओ। पप्पू ਤੁਹਾਡੇ ਵੱਡੇ ਭਰਾ ਦਾ ਆਸ਼ੀਰਵਾਦ ਹੈ।